ਯਾਰ ਦੋਸਤੋ 1947 ਦੇ ਵਿੱਚ ਜਦੋਂ ਪਾਕਿਸਤਾਨ ਤੇ ਇੰਡੀਆ ਦੀ ਵੰਡ ਹੋਈ ਸੀ ਨਾ ਜਦੋਂ 1947 ਦੇ ਵਿੱਚ ਪਾਕਿਸਤਾਨ ਤੇ ਇੰਡੀਆ ਅਲੈਦਾ ਅਲੈਦਾ ਮੁਲਕ ਹੋਏ ਸੀ ਤੇ ਉਦੋਂ ਪੰਜਾਬ ਤੇ ਬੰਗਾਲ ਦੀ ਵੀ ਵੰਡ ਹੋਈ ਸੀ ਅੱਧਾ ਪੰਜਾਬ ਪਾਕਿਸਤਾਨ ਦੇ ਹਿੱਸੇ ਦੇ ਵਿੱਚ ਆਇਆ ਸੀ ਤੇ ਅੱਧਾ ਪੰਜਾਬ ਜਿਹੜਾ ਸੀ ਇੰਡੀਆ ਦੇ ਹਿੱਸੇ ਦੇ ਵਿੱਚ ਆਇਆ ਸੀ ਏਸੀ ਤਰ੍ਹਾਂ ਜਿਹੜਾ ਬੰਗਾਲ ਸੀ ਅੱਧਾ ਬੰਗਾਲ ਜਿਹੜਾ ਸੀ ਉਹ ਇੰਡੀਆ ਦੇ ਹਿੱਸੇ ਦੇ ਵਿੱਚ ਆਇਆ ਸੀ ਤੇ ਅੱਧਾ ਬੰਗਾਲ ਜਿਹੜਾ ਸੀ ਉਹ ਪਾਕਿਸਤਾਨ ਦੇ ਹਿੱਸੇ ਦੇ ਵਿੱਚ ਆਇਆ ਸੀ ਉਸ ਪਾਕਿਸਤਾਨ ਦੇ ਹਿੱਸੇ ਦੇ ਵਿੱਚ ਜਿਹੜਾ ਅੱਜ ਬੰਗਲਾਦੇਸ਼ ਵਾ ਖैर ਦੋਸਤੋ ਪੰਜਾਬ ਦੇ ਬਾਰੇ ਤੁਹਾਨੂੰ ਮੈਂ ਦੱਸਦਾ ਜਾਵਾਂ ਕਿ ਤੁਹਾਨੂੰ ਪਤਾ ਹੀ ਆ ਕਿ ਪੰਜਾਬ ਦੇ ਵਿੱਚ ਕਿਉਂਕਿ ਜਿਹੜੇ ਸਿੱਖ ਸੀ ਉਹਨਾਂ ਦੀ ਜ਼ਿਆਦਾਤ ਦਾਸ ਸੀ ਤੇ ਪਾਕਿਸਤਾਨ ਦੇ ਵਿੱਚ ਜਿਹੜਾ ਪੰਜਾਬ ਸੀ ਉਹ 56% ਆਇਆ ਸੀ ਤੇ ਇੰਡੀਆ ਦੇ ਵਿੱਚ ਪੰਜਾਬ ਜਿਹੜਾ ਸੀ ਉਹ 44% ਆਇਆ ਸੀ ਪਾਕਿਸਤਾਨੀ ਪੰਜਾਬ ਦੇ ਵਿੱਚ ਜਿਹੜੇ ਸਿੱਖ ਰਹਿੰਦੇ ਸੀ ਉਹ 1947 ਦੇ ਵਿੱਚ ਜਦੋਂ ਵੰਡ ਹੋਈ ਸੀ ਤੇ ਉਹ ਜ਼ਿਆਦਾਤਰ ਸਿੱਖ ਜਿਹੜੇ ਸੀ ਇੰਡੀਅਨ ਪੰਜਾਬ ਦੇ ਵਿੱਚ ਚਲੇ ਗਏ ਸੀ। ਲੇਕਿਨ ਦੋਸਤੋ ਪਾਕਿਸਤਾਨੀ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚੋਂ ਜਿਹੜੇ ਮੁਸਲਮਾਨ ਹਿਜਰਤ ਕਰਕੇ ਹੁੰਦੇ ਪਏ ਸੀ ਉਹ ਪਾਕਿਸਤਾਨ ਦੇ ਪੰਜਾਬ ਦੇ ਵਿੱਚ ਕੁਛ ਆ ਰਹੇ ਸੀ, ਕੁਛ ਦੂਸਰੇ ਸੂਬਿਆਂ ਦੇ ਵਿੱਚ ਜਾ ਰਹੇ ਸੀ। ਲੇਕਿਨ ਜ਼ਿਆਦਾਤਰ ਪਾਕਿਸਤਾਨੀ ਪੰਜਾਬ ਦੇ ਵਿੱਚ ਹੀ ਆਏ ਸੀ। ਦੋਸਤੋ ਪੰਜਾਬ ਜਿਹੜਾ ਸੀ ਇੱਕ ਐਦਾਂ ਦਾ ਸੂਬਾ ਸੀ ਕਿ ਜਿਹੜਾ ਇਹ ਕਿਹਾ ਜਾ ਰਿਹਾ ਸੀ ਕਿ ਇਹ ਪਾਕਿਸਤਾਨ ਦੇ ਵਿੱਚ ਆਏਗਾ ਲੇਕਿਨ ਦੋਸਤੋ ਕੈਦ ਆਜ਼ਮ ਮੁਹੰਮਦ ਅਲੀ ਜਨਾਹ ਨੇ ਬਹੁਤ ਕੋਸ਼ਿਸ਼ ਕੀਤੀ ਸੀ ਕਿ ਜਿਹੜਾ ਪੰਜਾਬ ਜਿਹੜਾ ਪੂਰਾ ਪੰਜਾਬ ਆ ਉਹ ਪਾਕਿਸਤਾਨ ਦੇ ਹਿੱਸੇ ਦੇ ਵਿੱਚ ਆ ਜਾਵੇ ਕੈਦ ਆਜ਼ਮ ਮੁਹੰਮਦ ਅਲੀ ਜਨਾਹ ਨੇ ਜਿਹੜੇ ਉਸ ਟਾਈਮ ਦੇ ਵੱਡੇ ਸਿੱਖ ਲੀਡਰ ਸੀ ਉਹਨਾਂ ਦੇ ਨਾਲ ਮੁਲਾਕਾਤਾਂ ਕੀਤੀਆਂ ਸੀ ਮਹਾਰਾਜੇ ਅਸੀਂ ਜਿਹੜੇ ਜਿਹੜਾ ਕੇ ਮਹਾਰਾਜਾ ਪਟਿਆਲਾ ਜਿਹਨੂੰ ਕਹਿੰਦੇ ਆ ਉਹਦੇ ਨਾਲ ਵੀ ਮੁਲਾਕਾਤ ਕੀਤੀ ਸੀ ਉਨੂੰ ਵੀ ਇਹ ਕਿਹਾ ਸੀ ਕਿ ਤੂੰ ਪੰਜਾਬ ਨੂੰ ਪਾਕਿਸਤਾਨ ਦੇ ਹਿੱਸੇ ਦੇ ਵਿੱਚ ਸ਼ਾਮਲ ਕਰ ਲੈ ਲੇਕਿਨ ਦੋਸਤੋ ਉਹ ਮਹਾਰਾਜਾ ਜਿਹੜਾ ਤੇ ਇੰਡੀਆ ਦੇ ਕੁਝ ਜਿਹੜੇ ਸਿੱਖ ਲੀਡਰ ਸੀ ਉਹ ਨਹੀਂ ਮੰਨੇ ਸੀ ਇਸ ਵਜ੍ਹਾ ਤੋਂ ਪੰਜਾਬ ਦੀ ਵੰਡ ਕਰਨੀ ਪਈ ਸੀ ਲੇਕਿਨ ਕੈਦਿਆਜ਼ਮ ਮੁਹੰਮਦ ਅਲੀ ਜਨਾ ਕੁਝ ਜ਼ਿਆਦਾ ਹੀ ਜਿਹੜੇ ਦਿਲਬਰਦਾਸ਼ਤਾ ਪੰਜਾਬ ਤੋਂ ਹੋ ਚੁੱਕੇ ਸੀ ਖੈਰ ਕੈਦਿਆਜ਼ਮ ਨੂੰ ਨਹੀਂ ਲੱਗਦਾ ਸੀ ਕਿ ਪੂਰਾ ਪੰਜਾਬ ਜਿਹੜਾ ਵਾ ਉਹ ਪਾਕਿਸਤਾਨ ਦੇ ਹਿੱਸੇ ਦੇ ਵਿੱਚ ਆ ਪਾਏਗਾ ਕਿਉਂਕਿ ਕੈਦ ਆਜ਼ਮ ਮੁਹੰਮਦ ਅਲੀ ਜਨਾਹ ਪੰਜਾਬ ਦੇ ਵਿੱਚ ਜਿਹੜੇ ਕੁਝ ਮੁਸਲਮ ਲੀਡਰ ਵੀ ਸੀ ਉਸ ਵਕਤ ਦੇ ਉਹਨਾਂ ਨੂੰ ਰਾਜ਼ੀ ਕਰਕੇ ਜਦੋਂ ਜਾਂਦੇ ਸੀ ਤੇ ਫਿਰ ਜਦੋਂ ਉਹ ਵਾਪਸ ਪਹੁੰਚਦੇ ਸੀ ਤੇ ਫਿਰ ਉਹ ਬਦਲ ਜਾਂਦੇ ਸੀ ਤੇ ਕੈਦ ਆਜ਼ਮ ਮੁਹੰਮਦ ਅਲੀ ਜਨਾਹ ਜਿਹੜੇ ਸੀ ਪੰਜਾਬ ਤੋਂ ਖਾਸ ਕਰ ਦਿਲ ਬਰਦਾਸ਼ਤਾ ਹੋ ਚੁੱਕੇ ਸੀ ਉਹਨਾਂ ਨੂੰ ਨਹੀਂ ਲੱਗਦਾ ਸੀ ਕਿ ਪੰਜਾਬ ਜਿਹੜਾ ਵਾ ਉਹ ਪਾਕਿਸਤਾਨ ਦੇ ਵਿੱਚ ਆਏਗਾ ਖੈਰ ਦੋਸਤੋ ਖੈਰ ਮੁਸਲਮਾਨ ਜਿਹੜੇ ਸੀ ਉਹਨਾਂ ਦੀ ਕੁਝ ਕੋਸ਼ਿਸ਼ਾਂ ਸੀ ਤੇ ਕੈਦ ਆਜ਼ਮ ਦੇ ਨਾਲ ਜਿਹੜੇ ਕੁਝ ਰਹਿਨਮਾ ਸੀ ਉਹਨਾਂ ਨੇ ਵੀ ਬਰਪੂਰ ਕੋਸ਼ਿਸ਼ ਕੀਤੀ ਜਿਹਦੀ ਵਈਆ ਤੋਂ ਖੈਰ ਪੂਰਾ ਪੰਜਾਬ ਤੇ ਪਾਕਿਸਤਾਨ ਦੇ ਵਿੱਚ ਨਹੀਂ ਆ ਸਕਿਆ ਲੇਕਿਨ ਪੰਜਾਬ ਦਾ ਕੁਝ ਹਿੱਸਾ ਜਿਹੜਾ ਆਲਮੋਸਟ 56% ਪੰਜਾਬ ਜਿਹੜਾ ਪਾਕਿਸਤਾਨ ਦੇ ਹਿੱਸੇ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆ ਗਿਆ ਲੇਕਿਨ ਉਸ ਵਕਤ ਦੇ ਜਿਹੜੇ ਸਿੱਖ ਲੀਡਰ ਸੀ ਉਹ ਨਹੀਂ ਮੰਨੇ ਸੀ ਉਹਨਾਂ ਨੇ ਨਹਿਰੂ ਦੇ ਗਾਂਧੀ ਦੀਆਂ ਉਹ ਗੱਲਾਂ ਦੇ ਵਿੱਚ ਆ ਗਏ ਸੀ ਜਿਹਦੀ ਵਈਆ ਤੋਂ ਉਹ ਜਿਹੜਾ ਆਪਣਾ ਪੰਜਾਬ ਜਿਹੜਾ علیحدਾ ਇੰਡੀਆ ਦੇ ਨਾਲ ਕਰ ਪਾਈ ਸੀ ਕਿਉਂਕਿ ਨਹਿਰੂ ਤੇ ਗਾਂਧੀ ਨੇ ਜਿਹੜੇ ਸਿੱਖ ਲੀਡਰ ਸੀ ਉਸ ਵਕਤ ਦੇ ਖਾਸ ਕਰ ਮਾਸਟਰ ਤਾਰਾ ਸਿੰਘ ਜਿਹੜੇ ਸੀ ਇੰਡੀਆ ਦੇ ਸਿੱਖ ਲੀਡਰ ਸੀ ਖਾਸ ਕਰ ਸਿੱਖਾਂ ਦੇ ਉਹਨਾਂ ਨੂੰ ਨਹਿਰੂ ਤੇ ਗਾਂਧੀ ਨੇ ਆਪਣੇ ਹੱਥਾਂ ਦੇ ਵਿੱਚ ਕੀਤਾ ਹੋਇਆ ਸੀ ਜਿਹਦੀ ਵਈਆ ਤੋਂ ਉਹ ਜਿਹੜੇ ਮਾਸਟਰ ਤਾਰਾ ਸਿੰਘ ਸੀ ਜਿਹੜੇ ਉਹਨਾਂ ਨੇ ਇੰਡੀਅਨ ਪੰਜਾਬ ਦੇ ਵਿੱਚ ਸ਼ਮੂਲੀਅਤ ਇਖਤਿਆਰ ਕੀਤੀ ਆਪਣਾ ਇਸ ਵਜ੍ਹਾ ਤੋਂ ਇੰਡੀਆ ਦਾ ਜਿਹੜਾ ਪੰਜਾਬ ਸੀ ਉਹ ਇੰਡੀਆ ਦੇ ਚਲਾ ਗਿਆ ਪਾਕਿਸਤਾਨੀ ਪੰਜਾਬ ਜਿਹੜਾ ਸੀ ਉਹ ਪਾਕਿਸਤਾਨ ਦੇ ਹਿੱਸੇ ਦੇ ਵਿੱਚ ਘਿਰ ਆ ਗਿਆ ਤੇ ਲੇਕਿਨ ਦੋਸਤੋ ਕੈਦ ਆਜ਼ਮ ਨੇ ਤੇ ਮਹਾਰਾਜਾ ਪਟਿਆਲਾ ਸੀ ਉਹਨੂੰ ਵੀ ਕਿਹਾ ਸੀ ਕਿ ਤੂੰ ਆਪਣੇ ਜਿਹੜਾ ਪੰਜਾਬ ਆ ਪੂਰਾ ਦਾ ਪੂਰਾ ਪੰਜਾਬ ਆਪਾਂ ਪਾਕਿਸਤਾਨ ਦੇ ਹਿੱਸੇ ਦੇ ਵਿੱਚ ਕਰ ਲੈਣੇ ਆ ਲੇਕਿਨ ਮਹਾਰਾਜਾ ਪਟਿਆਲਾ ਨੂੰ ਕੈਦ ਆਜ਼ਮ ਮੁਹੰਮਦ ਅਲੀ ਜਨਾ ਨੇ ਇੱਕ ਪੇਜ ਦਿੱਤਾ ਸੀ ਖਾਲੀ ਉਹਦੇ ਉੱਤੇ ਕੈਦ ਆਜ਼ਮ ਮੁਹੰਮਦ ਅਲੀ ਜਨਾ ਨੇ ਇਹ ਗੱਲ ਕਹੀ ਸੀ ਮਹਾਰਾਜਾ ਨੂੰ ਕਿ ਤੂੰ ਜਿਹੜੀਆਂ ਜਿਹੜੀਆਂ ਸ਼ਰਤਾਂ ਤੂੰ ਲਿਖਦਾ ਵਾ ਮੈਂ ਉਹ ਕਬੂਲ ਕਰਾਂਗਾ ਕੋਈ ਇੱਕ ਸ਼ਰਤ ਵੀ ਤੇਰੀ ਤੋਂ ਇਨਕਾਰ ਨਹੀਂ ਕਰਾਂਗਾ ਲੇਕਿਨ ਖੈਰ ਮਹਾਰਾਜਾ ਪਟਿਆਲਾ ਜਿਹੜਾ ਸੀ ਉਹ ਨਹਿਰੂ ਤੇ ਗਾਂਧੀ ਦੀਆਂ ਗੱਲਾਂ ਦੇ ਵਿੱਚ ਆ ਚੁੱਕਿਆ ਸੀ ਖੈਰ ਮਹਾਰਾਜਾ ਪਟਿਆਲਾ ਤੇ ਮਾਸਟਰ ਤਾਰਾ ਸਿੰਘ ਨੇ ਇੰਡੀਆ ਦੇ ਵਿੱਚ ਛਮੂਲੀਅਤ اختیار ਕੀਤੀ ਉਹ ਇੰਡੀਅਨ ਲੀਡਰ ਜਿਹੜੇ ਸੀ ਨਹਿਰੂ ਤੇ ਗਾਂਧੀ ਉਹਨਾਂ ਦੇ ਹੱਥਾਂ ਦੇ ਵਿੱਚ ਖੇਲਦੇ ਪਏ ਸੀ ਲੇਕਿਨ ਦੋਸਤੋ 1947 ਦੇ ਵਿੱਚ ਇਹ ਪੰਜਾਬ ਦੇ ਤੇ ਵੰਡ ਹੋ ਗਈ ਸੀ ਖੈਰ ਉਸ ਤੋਂ ਬਾਅਦ ਚ ਜਿਹੜੀ ਸਿੱਖ ਔਨ ਵਾਲੀਆਂ ਨਸਲਾਂ ਸੀ ਉਹ ਆਈ ਤੱਕ ਜਿਹੜੀ ਆ ਆਪਣੇ ਜਿਹੜੇ ਸਿੱਖ ਲੀਡਰ ਵਾ ਉਹਨਾਂ ਤੋਂ ਮਜੂਜ਼ ਆ ਉਹਨਾਂ ਨੂੰ ਉਹ ਅੱਛਾ ਨਹੀਂ ਸਮਝਦੇ ਉਹ ਚਾਹੁੰਦੇ ਸੀ ਕਿ ਜਿਹੜਾ ਇੰਡੀਅਨ ਪੰਜਾਬ ਜਿਹੜਾ ਵਾ ਉਹ ਇੱਕ ਅਲੈਦਾ ਹੁੰਦਾ ਅਸੀਂ ਯਾਂ ਤੇ ਪਾਕਿਸਤਾਨ ਦੇ ਵਿੱਚ ਸ਼ਾਮਲ ਹੋਦੇ ਯਾਂ ਅਸੀਂ ਅਲੈਦਾ ਹੋਣੀ ਸਾਡੀ ਇੱਕ ਅਲੈਦਾ ਸਟੇਟ ਹੁੰਦੀ ਲੇਕਿਨ ਦੋਸਤੋ ਇੰਡੀਆ ਦੇ ਜਿਹੜੇ ਉਸ ਟਾਈਮ ਦੇ ਸਿੱਖ ਲੀਡਰ ਸੀ ਉਹ ਜਿਹੜੇ ਨਹਿਰੂ ਤੇ ਗਾਂਧੀ ਦੀਆਂ ਗੱਲਾਂ ਦੇ ਵਿੱਚ ਆ ਗਏ ਸੀ ਖੈਰ ਏਸੀ ਵਈਆ ਤੋਂ ਹੁਣ ਇੰਡੀਆ ਦੇ ਜਿਹੜੇ ਸਿੱਖ ਜਿਹੜੇ ਨੌਜਵਾਨ ਆ ਉਹ ਕਾਫੀ ਜ਼ਿਆਦਾ ਮਜੂਸ ਆ ਕਿ ਸਾਡੇ ਲੀਡਰਾਂ ਨੇ ਕੁਝ ਸਾਡੇ ਵਾਸਤੇ ਕੀਤਾ ਨਹੀਂ ਕਿਉਂਕਿ 1984 ਦੇ ਵਿੱਚ ਉਹਨਾਂ ਦੇ ਦਰਬਾਰ ਸਾਹਿਬ ਤੇ ਵੀ ਹਮਲਾ ਇੰਡੀਅਨ ਫੌਜ ਨੇ ਕੀਤਾ ਸੀ ਆ ਜਿਹਦੀ ਵਜ੍ਹਾ ਤੋਂ ਕਾਫੀ ਜ਼ਿਆਦਾ ਸਿੱਖ ਤੇ ਹਿੰਦੂਆਂ ਦੇ ਦਰਮਿਆਨ ਦੰਗੇ ਫਸਾਦ ਹੋਏ ਸੀ ਇੰਡੀਆ ਦੇ ਵਿੱਚ ਕਿਸਾਨ ਵੀ ਹੁਣ ਇحتਿਜਾਜ ਕਰਦੇ ਪਏ ਆ ਖੈਰ ਹੁਣ ਦੋਸਤੋ ਦੇਖਦੇ ਆ ਕਿ ਹੁਣ ਕੀ ਬਨੇਗਾ